ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਤਾਲੇ ਦਾ ਮਤਲਬ ਡੈਰੀ ਫਾਰਮ ਦਾ ਪਾਰਟ 2। ਪਹਿਲੀ ਵਾਰ ਆਪਾਂ ਦਿਨ ਦਾ ਦਿਖਾਇਆ ਸੀਗਾ ਵੀ ਦਿਨ ਦਾ ਮਾਹੌਲ ਚਾਲ, ਐਕਤੀ ਤੁਹਾਨੂੰ ਰਾਤ ਦੇ ਦਿਖਾਉਂਦੇ ਹਾਂ। ਉਹ ਬਲੌਗ ਨੂੰ ਤੁਸੀਂ ਪਿਆਰ ਬਹੁਤ ਦਿੱਤਾ, ਲਗਭਗ ਮੈਂ ਦੇਖਿਆ ਨਹੀਂ 2-3 ਦਿਨ ਪਹਿਲਾਂ ਦੇਖਿਆ ਸੀ 70-75 ਹਜ਼ਾਰ ਵਿਊ ਕਰਤੇ ਤੁਸੀਂ ਉਹ 'ਤੇ। ਬਹੁਤ ਬਹੁਤ ਧੰਨਵਾਦ ਪਹਿਲਾਂ ਤੁਹਾਡਾ ਇੰਨਾ ਪਿਆਰ ਦੇਣ ਲਈ। ਅਤੇ ਹੁਣ ਆਪਾਂ ਦਿਖਾਉਂਦੇ ਹਾਂ ਰਾਤ ਦਾ, ਉੱਥੇ ਮੈਂ ਕੰਮ ਕਰਦਾ ਜੀ ਇੰਡੀਆ ਜਾਣ ਤੋਂ ਪਹਿਲਾਂ। ਉਹ ਤੋਂ ਬਾਅਦ ਤੁਹਾਨੂੰ ਪਤਾ ਮੈਂ ਵਿੱਚ ਦੀ ਇੰਡੀਆ ਜਾ ਵੜਿਆ ਜੀ, ਅਤੇ ਇੱਥੇ ਮੈਂ ਇੰਡੀਆ ਤੋਂ ਆਉਣ ਸਾਰੀ ਲੱਗ ਗਿਆ, ਅਗਲੇ ਦਿਨ ਕੰਮ 'ਤੇ ਜਾ ਵੜਿਆ ਸੀ। ਅਤੇ ਇੱਥੇ ਹੈਗੇ ਆ ਅਸੀਂ 5-6 ਜਣੇ ਚਵਾਈ ਕਰਦੇ ਹਾਂ, 3 ਜਣੇ ਇੱਕ ਟਾਈਮ ਹੁੰਦੇ ਆ, ਅਤੇ 3 ਟਾਈਮ ਚਵਾਈ ਆ ਉਰੇ, ਮਤਲਬ 3 ਟਾਈਮ ਚਾਹੁੰਦੇ ਆ ਗਾਵਾਂ। ਅਤੇ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਜਾਏ ਮਾਹੌਲ ਚਾਲ, ਅਤੇ ਆ ਜਾਓ ਚਲੋ ਚੱਲਦੇ ਹਾਂ। ਲਓ ਵੀ ਬਾਬੇ ਆਪਾਂ ਪਹੁੰਚ ਗਏ ਫਾਰਮ 'ਚ, ਥੋੜ੍ਹੀ ਧੁੰਦ ਆ ਤਾਂ ਕਰਕੇ ਦਿਖ ਨਹੀਂ ਰਿਹਾ ਉਹ ਜਿੰਨੀਆਂ ਲਾਈਟਾਂ ਜਗਦੀਆਂ ਸਾਰਾ ਜਿੱਥੇ ਹੁਣ ਆਪਾਂ ਕੰਮ ਕਰਦੇ ਹਾਂ ਉਹ ਫਾਰਮ। ਅਤੇ ਇੱਥੇ ਘੱਟੋ ਘੱਟ 5-5.5 ਸੌ ਗਾ ਗਈ ਤਾਂ ਕਰਕੇ ਇੰਨੇ ਜਣੇ ਚਵਾਈ ਕਰਦੇ ਆ, ਅਤੇ 3 ਟਾਈਮ ਚਵਾਈ ਕਰਕੇ ਹੁਣ ਆਪਾਂ ਗੱਡੀ ਗੁੱਡੀ ਲਾ ਦਈਏ, ਫਿਰ ਤੁਹਾਨੂੰ ਮਿਲਦੇ ਹਾਂ ਓਕੇ ਘਾਟ ਘੂਟ ਪੰਚ ਕਰਕੇ। ਲਓ ਵੀ ਪਹੁੰਚ ਗਏ ਬਾਬੇ, ਉੱਥੇ ਹੁਣ ਆਪਾਂ ਜਾਂਦੇ ਹਾਂ ਕੱਪੜੇ ਬਦਲਦੇ ਹਾਂ, ਅਤੇ ਠੰਡ ਕਰਕੇ ਥੋੜ੍ਹਾ ਜਿਹਾ ਔਖਾ ਗਾ। ਚਲੋ ਖਿੱਚੀ ਰੱਖਣਾ ਕੰਮ ਹੁੰਦਾ, ਠੰਡ ਗਈ ਰਹਿ ਗਿਆ ਥੋੜ੍ਹੇ ਦਿਨ ਹੋਰ ਠੰਡ ਦੇ, ਅਤੇ ਯੈਸ ਮਿਲਦੇ ਹਾਂ ਉਹਨੂੰ ਕੱਪੜੇ ਬਦਲ ਕੇ ਦਿਖਾਉਂਦੇ ਹਾਂ ਅੱਗੇ 'ਚ ਸਾਰਾ ਕੁਛ। ਉੱਥੇ ਆਪਾਂ ਦੂਜੇ ਪਹਿਲਾਂ ਜਿਹਨੇ ਪਿਛਲਾ ਵਲੋਗ ਨਹੀਂ ਦੇਖਿਆ ਤਾਲੇ ਵਾਲਾ ਉਹ ਦੇਖ ਕੇ ਆਓ, ਉੱਥੇ ਆਪਾਂ ਕੱਪੜੇ ਕਰਦੇ ਹੁੰਦੇ ਜੀ ਉਹਦੇ ਨਾਲ, ਆਪਣੇ ਥਣ ਕਰਦੇ ਹੁੰਦੇ ਜੀ ਕਾਰ 'ਤੇ ਨਾ ਖਾਓ ਮਤਲਬ ਟਿਸ਼ੂ ਪੇਪਰ ਜੇ ਨਾ, ਇੱਥੇ ਕੱਪੜਿਆਂ ਨਾਲ ਕਰਦੇ ਤਾਂ ਕਰਕੇ ਪਹਿਲਾਂ ਵੀ ਮਸ਼ੀਨ ਚਲਾਓ ਉਹ ਕੱਪੜੇ ਪਾਏ ਪਏ ਉਹਨਾਂ ਨਾਲ ਤਾਂ ਸਾਫ ਕਰਦੇ ਆ। ਅਤੇ ਓਕੇ ਮਿਲਦੇ ਹਾਂ ਕੱਪੜੇ ਬਦਲ ਕੇ। ਹਾਂਜੀ ਅਤੇ ਆਪਾਂ ਕੱਪੜੇ ਬਦਲ ਲਏ, ਇਹਨੂੰ ਤੂਤਾ ਕਹਿੰਦੇ ਆ ਇਹ, ਮਤਲਬ ਇਹ 'ਚ ਪਾਣੀ ਜਾਂ ਨਹੀਂ ਅੰਦਰ ਵੜਦਾ ਅੰਦਰਲੇ ਕੱਪੜਿਆਂ 'ਚ, ਠੰਡ ਤੋਂ ਬਚਿਆ ਰਹਿੰਦਾ ਬੰਦਾ ਕਈ ਵਾਰ ਪਾਣੀ ਪੂਣੀ ਪੈ ਜਾਂਦਾ। ਅਤੇ ਆਹ ਮੈਂ ਤਾਂ ਪਾਲ ਇੰਨਾ ਨੱਕ ਮੂੰਹ ਨੂੰ ਨਹੀਂ ਆ, ਠੰਡ ਲੱਗਦੀ ਆ ਵਧੀਆ ਬਚਾ ਰਹਿੰਦਾ ਮਤਲਬ ਜਗਾਂ ਜਗੂਨ ਨਹੀਂ ਆਉਂਦਾ ਬੰਦੇ ਨੂੰ। ਅਤੇ ਮੈਂ ਬਾਕੀਆਂ ਨਾਲੋਂ ਅੱਧਾ ਘੰਟਾ ਪਹਿਲਾਂ ਆ ਜਾਂਦਾ ਕਿਉਂਕਿ ਮੈਂ ਕਰਨੇ ਆਉਂਦੇ ਹਾਂ ਪਸਾਜੀਆਂ, ਤੁਹਾਨੂੰ ਦਿਖਾਉਂਦੇ ਹਾਂ ਪਸਾਜੀਆਂ ਕਿਹਨੂੰ ਕਹਿੰਦੇ ਆ। ਲੈਟਸ ਗੋ ਲਾਈਏ ਗੇਟ ਬੰਦ, ਆਹ ਵੀ ਗਲਤੀਆਂ ਚੱਕ ਲਈਏ, ਇੰਨਾ ਠੰਡ ਨਹੀਂ ਲੱਗਦੀ ਫਿਰ ਠੰਡ ਕਿਉਂਕਿ ਯਾਰ ਹੁਣ ਦੁਬਾਰੇ ਹੋ ਗਈ, ਹੁਣ ਤਾਂ ਘੱਟ ਗਈ ਸੀਗੀ। ਅਤੇ ਗਾਈਸ ਆਹ ਹੈਗਾ ਮੌਂਜੀ ਦੁਰਾ, ਟਾਲੀਆਂ 'ਚ ਮੌਂਜੀ ਦੁਰਾ ਕਹਿੰਦੇ ਆ ਜਿੱਥੇ ਗਾਵਾਂ ਚੋਂਦੇ ਆ, ਇੱਧਰ 18-18 ਨੇ ਦੋਨੇ ਹੈਡ, ਉੱਥੇ ਸੀਗੀਆਂ 10-10। ਅਤੇ ਪਸਾਜੀਆਂ ਕਹਿੰਦੇ ਆ ਉਹ ਰਾਵਾਂ ਆ, ਉਹ ਮੈਂ ਅੱਧਾ ਘੰਟਾ ਪਹਿਲਾਂ ਆਉਣਾ, ਅੱਧਾ ਘੰਟਾ ਪਹਿਲਾਂ ਕਰਨੇ ਪੈਂਦੇ ਨੇ ਜਾਂ ਸੈਫਟਾਈਆਂ ਬਣਾਈਆਂ, ਮਤਲਬ ਜਿਹੜਾ ਅੱਧਾ ਘੰਟਾ ਪਹਿਲਾਂ ਆਉਂਦਾ ਉਹ ਅੱਧਾ ਘੰਟਾ ਪਹਿਲਾਂ ਜਾਊਗਾ। ਹੁਣ ਮੈਂ ਜਿਵੇਂ ਅਗਲੀ ਸੈਫਟ 'ਚ ਆਉਣਾ ਦੁਬਾਰੇ ਚੋਣ ਗਾਵਾਂ, ਉਦੋਂ ਮੈਂ ਅੱਧਾ ਘੰਟਾ ਬਾਅਦ 'ਚੋਂ ਆਊਂਗਾ, ਉਦੋਂ ਮੈਂ ਧੋ ਕੇ ਜਾਣਾ ਗਾ, ਹੁਣ ਮੈਂ ਅੱਧਾ ਘੰਟਾ ਪਹਿਲਾਂ ਆਇਆ, ਹੁਣ ਮੈਂ ਧੋ ਕੇ ਨਹੀਂ ਜਾਣਾ, ਐਂ ਆ ਉਲਝਾਂ ਜੀ। ਲਓ ਜੀ ਆਪਾਂ ਐਂ ਕਰਕੇ ਮਤਲਬ ਸਬਜ਼ੀਆਂ ਖਾ ਕਰਦੀਆਂ, ਅਤੇ ਆਹ ਚੀਜ਼ ਤੋਂ ਮੂਹਰੇ ਹੇਠਣੀਆਂ ਕਿਉਂਕਿ ਇਹਨੇ ਸਾਰਾ ਗੋਹਾ ਧੱਕ ਕੇ ਲਿਆਉਣਾ ਹੁੰਦਾ, ਉੱਥੇ ਜਾ ਕੇ ਸਿੱਟਣਾ ਹੁੰਦਾ ਉਹ 'ਚ ਕੋਲੂ ਜਿਹਾ, ਮਤਲਬ ਇੱਕ ਸਿੱਟਣਾ ਹੁੰਦਾ, ਅਤੇ ਇਹ ਆਪਾਂ ਬਾਅਦ 'ਚ ਮਤਲਬ ਨੱਪਣਾ ਹੁੰਦਾ ਜਦੋਂ ਜਾ ਕੇ ਸਬਜ਼ੀਆਂ ਕਰ ਦੇਣੀਆਂ। ਅਤੇ ਇੱਕ ਆ ਪਹਿਲਾਂ ਆਹ ਗਰੁੱਪ ਦੀਆਂ ਨੇ, ਉਦੋਂ ਸਾਹਮਣੇ ਵਾਲੇ ਦੀਆਂ ਐਂ 3 ਗਰੁੱਪ ਬਣੇ ਹੋਏ ਆ, ਇੱਥੇ 3 ਥਾਵਾਂ ਤੋਂ ਲਿਆਉਣੀਆਂ ਪੈਂਦੀਆਂ ਨੇ ਗਾਵਾਂ, ਉੱਥੇ ਆਪਾਂ ਲਿਆਉਂਦੇ 2 ਥਾਵਾਂ ਤੋਂ, ਅਤੇ 3 ਥਾਵਾਂ ਤੋਂ ਵੀ ਕਈ ਥਾਵਾਂ ਤੋਂ 3 ਥਾਵਾਂ ਦੀ 2-2 ਵਾਰ ਗਾਵਾਂ ਲਿਆਉਣੀਆਂ ਪੈਂਦੀਆਂ ਕਿਉਂਕਿ ਇੱਥੇ ਖੜ੍ਹਨ ਨੂੰ ਜਗ੍ਹਾ ਘੱਟ ਆ ਮੌਂਜੀ ਦੂਰਾਂ ਮੂਹਰੇ, ਉੱਥੇ ਖੜ੍ਹ ਵੱਧ ਗਾਵਾਂ ਜਾਂਦੀਆਂ ਸੀ। ਅਤੇ ਚਲੋ ਕਰ ਕੇ ਵਸਾਜੀਆਂ, ਨਹੀਂ ਲੇਟ ਹੁੰਦੇ ਹਾਂ। ਲਓ ਜੀ ਬਾਬੇ ਜਿਵੇਂ ਹੁਣ ਆਪਾਂ ਇੱਧਰਲੀਆਂ ਵਸਾਜੀਆਂ ਕਰਤੀਆਂ ਸਾਰੀਆਂ, ਇਹ ਤੋਂ ਬਾਅਦ ਆਪਾਂ ਨੱਪ ਲੈਣਾ ਆ ਇਹ ਆ, ਰੋਸਪੇ ਚੱਲ ਪੈਂਦਾ, ਰੋਸਪੇ ਕਹਿੰਦੇ ਆ ਜਿਹੜਾ ਗੋਹਾ ਧੱਕਦੇ ਆ, ਇਹਨਾਂ ਨੂੰ ਲਿਆ ਕੇ ਗੋਹਾ ਚੜ੍ਹਦਾ ਨਾ ਔਲੂ 'ਚ, ਅਤੇ ਇੱਥੋਂ ਇਹ ਖੇਤਾਂ ਬੂਤਾਂ 'ਚ ਪਾ ਦਿੰਦੇ ਆ। ਅਤੇ ਹੁਣ ਆਪਾਂ ਜਾਣਾ ਇੱਧਰਲੇ ਏਰੀਏ, ਉਦੋਂ ਬਾਅਦ ਉਹ ਪਰਲੇ ਬੋਕਸ 'ਚ 3 ਬੋਕਸ ਨੇ, 3 ਦੇ ਕਰਨੇ ਆ ਸਾਫ਼। ਲਓ ਜੀ ਬਾਬੇ ਥੋੜ੍ਹਾ ਆਪਾਂ ਰੱਖਤਾ, ਅਤੇ ਹੁਣ ਆਪਾਂ ਚੱਕ ਲਿਆ ਡੰਡਾ, ਕਿਉਂਕਿ ਹੁਣ ਜਿਹੜੀਆਂ ਸੋਈਆਂ ਹੋਈਆਂ ਗਾਵਾਂ ਹੁੰਦੀਆਂ ਨੇ ਉਹ ਆਪਾਂ ਪਹਿਲਾਂ ਚੋਣੀਆਂ ਹੁੰਦੀਆਂ, ਉੱਥੇ ਕੋਈ ਹੁੰਦਾ ਹੋਰ ਚੋਂਦਾ ਜੀ ਪਹਿਲਾਂ ਵਾਲੇ ਕੱਲੇ 'ਚ, ਇੱਥੇ ਆਪਾਂ ਹੀ ਚੋਣੀਆਂ ਗਾਵਾਂ ਵੀ 3 ਜਣੇ ਦਾ ਚੋਈ ਕਰਦੇ ਹਾਂ। ਅਤੇ ਹੁਣ ਆਹ ਗਾਵਾਂ ਕੱਢ ਕੇ ਇੱਧਰ ਕਰ ਦੇਣੀਆਂ, ਉਹ ਆਹ ਰਾਹ 'ਤੇ ਐਂ ਲਿਆਉਣੀ ਆ ਮੰਜੀ ਤੁਰਾ 'ਚ ਵਾੜ ਦੇਣਾ। ਅਤੇ ਚਲੋ ਹਾਏ ਦਿਖਾਉਣਾ, ਚਲੋ ਤੁਹਾਨੂੰ ਅੱਗੇ ਜਾ। ਅਤੇ ਲਓ ਜੀ ਆਹ ਆਪਾਂ ਰਾਹ ਸਾਫ਼ ਕਰਤਾ, ਪੈਪ ਲਾਤੀ, ਹੁਣ ਆਹ ਗਾਵਾਂ ਇੱਧਰ ਨਹੀਂ ਆਉਣੀ ਆ, ਅਤੇ ਆਪਾਂ ਆਹ ਗਾਵਾਂ ਕੱਢ ਕੇ ਲੈ ਕੇ ਜਾਣੀਆਂ ਉੱਧਰ ਪਹਿਲਾਂ। ਹੁਣ
ਆ ਰੋਸ ਪਾ ਚੱਲ ਰਿਹਾ ਆਹ ਗੋਹੇ 'ਚ ਸੁੱਟ ਦੇਣ ਲਿਆ ਹੁਣ ਆਪਾਂ ਪਰਲਾ ਚਲਾਉਣਾ ਇੱਥੋਂ ਗੇਅਰ ਜਿਹਾ ਘੁਮਾ ਦੇਣਾ ਫਿਰ ਅੱਗੇ ਇੰਡੀਆ ਨੇ ਨਾ ਗੂੰਜਾ ਹੱਥ ਦੂਜਾ ਵਿਹਲਾ ਨਹੀਂ ਹਰਿਆ ਚਲੋ ਪਹਿਲਾਂ ਮੈਂ ਆਰਾਮ ਨਾਲ ਆਹ ਗੰਜੇਲੀ ਲਾਉਣੀ ਆ ਉਹ ਲਾਉਣੀ ਆ ਇੱਥੋਂ ਫਿਰ ਐਂ ਸਿੱਧੀਆਂ ਲੰਘ ਜਾਣੀ ਆ ਉਹ ਵੀ ਕਾਵਾਂ ਲੈ ਕੱਢ ਲਈਆਂ ਆਪਾਂ ਇੱਧਰੋਂ ਲੈ ਚੱਲੇ ਅਤੇ ਇੱਕ ਬੰਦਾ ਆਪਣਾ ਆ ਕੇ ਕੱਖ ਧੱਕਣ ਲੱਗ ਜਾਂਦਾ ਮਤਲਬ ਪੱਠੇ ਧੱਕਣ ਲੱਗ ਜਾਂਦਾ ਨਾਲ ਲਾਉਣ ਲੱਗ ਜਾਂਦਾ ਮਸ਼ੀਨ ਨਾਲ ਅਤੇ ਇੱਕ ਬੰਦਾ ਉਹਨੇ ਨਾ ਫਿਲਟਰ ਫੁਲਟਰ ਬਦਲ ਦਿੰਦਾ ਹੈਗਾ ਫਿਰ ਪੱਠੇ ਚਵਾਈ ਸ਼ੁਰੂ ਕਰ ਦਿੰਦੇ ਹਾਂ ਬੱਸਾਂ ਕਾਵਾਂ ਲਿਆ ਕੇ ਹੁਣ ਉੱਥੇ ਛੱਡ ਦੇਣੀ ਉਵੇਂ ਹੀ ਇਹਨਾਂ ਨੂੰ ਬੈਕ ਲਿਆਉਣਾ ਉਦੋਂ ਬਾਅਦ ਅਗਲਾ ਗਰੁੱਪ ਕੱਢਣਾ ਹੈਗਾ ਬਾਏ ਚਲੋ ਮੈਂ ਕੱਢ ਲਾ ਢੀਠ ਨੇ ਐ ਨਹੀਂ ਤੁਰਦੀਆਂ ਧੱਕਾ ਮੁੱਕੀ ਕਰਕੇ ਵਾੜ ਲਈਆਂ ਆਪਾਂ ਕੰਮ ਇਹ ਥੋੜ੍ਹੀਆਂ ਔਖੀਆਂ ਵੜਦੀਆਂ ਨੇ ਪ੍ਰੈਸ ਕੇ ਮਤਲਬ ਜਿਹੜੀਆਂ ਨਵੀਆਂ ਸੋਈਆਂ ਨੇ ਇਹਨਾਂ 'ਚ ਚੁਸਤੀ ਫੁਰਤੀ ਵੱਧ ਹੁੰਦੀ ਆ ਅਤੇ ਸਾਰੇ ਸਾਰੇ ਬਾਬੇ ਦਾ ਨਾਮ ਵੀ ਲਾ ਲਿਆ ਆਪਾਂ ਅਤੇ ਚਲੋ ਹੁਣ ਖਿੱਚਦੀ ਆ ਕੰਮ ਲਓ ਵੀ ਖਿੱਚਦੀ ਆ ਕੰਮ ਅਤੇ ਉਹੀ ਸੇਮ ਪ੍ਰੋਸੈਸ ਝੱਗ ਲਾਉਣੀ ਆ ਪਹਿਲਾਂ ਧਾਰਾ ਮਾਰ ਕੇ ਇੱਥੇ ਝੱਗ ਇੰਨਾ 'ਚ ਆਉਂਦੀ ਆ ਉੱਤੇ ਆ ਟੁੱਟੀ ਆਈ ਜਾਂਦੀ ਸੀਗੀ ਉੱਤੇ ਇੰਨਾ 'ਚ ਆਉਂਦੀ ਆ ਆ ਰਹੀ ਆ ਅਤੇ ਮੈਂ ਇੱਥੇ ਕੱਪੜੇ ਮਾਰਨੇ ਹੁੰਦੇ ਉੱਥੇ ਕਾਰਤਾ ਮਾਰਨਾ ਜੀ ਕਿਤੇ ਲਓ ਵੀ ਆ ਪਹਿਲੇ ਗਰੁੱਪ ਨੂੰ ਆਪਾਂ ਤੱਕ ਕੇ ਲਾ ਤੇ ਅਤੇ ਹੁਣ ਆਪਾਂ ਲੈਣ ਜਾਂਦੇ ਹਾਂ ਦੂਜਾ ਗਰੁੱਪ ਅਤੇ ਬਾਈ ਜੀ ਵੀ ਆ ਗਏ ਹੈਲੋ ਕਰ ਦਿਓ ਜੀ ਹੈਟਾਂ ਓਕੇ ਆ ਪੂਰਾ ਅਤੇ ਚਲੋ ਆਪਾਂ ਲੈ ਆਈਏ ਦੂਜਾ ਗਰੁੱਪ ਫਿਰ ਦਿਖਾਉਂਦੇ ਹਾਂ ਦਿੱਤੀਆਂ ਵਾੜ ਆਪਾਂ ਉਹ ਪਹਿਲੇ ਲੈਣ ਜੀ ਖੜਾ ਆਉਂਦੇ ਹਾਂ ਤਿੰਨ ਲੈਣਾ ਕਰਕੇ ਖਾਲੀ ਹੁਣ ਇੱਥੇ ਨਿਕਲ ਨਿਕਲ ਇੱਥੇ ਆਈ ਜਾਣਗੀਆਂ ਪਹਿਲਾਂ ਜੋ ਛੱਡ ਕੇ ਆਉਣੀਆਂ ਜਿਹੜੀਆਂ ਹੋਈਆਂ ਹੋਈਆਂ ਗਾਵਾਂ ਨੇ ਉੱਧਰ ਫਿਰ ਆਹ ਆਈ ਜਾਣੀਆਂ ਇੱਧਰ ਫਿਰ ਉੱਧਰਲਾ ਗਰੁੱਪ ਲਿਆਉਣਾ ਫਿਰ ਤੀਜਾ ਗਰੁੱਪ ਲਿਆਉਣਾ ਤਿੰਨ ਚਾਰ ਵਾਰ ਲਿਆਉਣੀਆਂ ਮਿਲਦੀਆਂ ਨੇ ਹਾਂਜੀ ਗਾਵਾਂ ਆਪਾਂ ਹੱਡਿਆਂਦੀਆਂ ਸੀ ਅਤੇ ਹੁਣ ਆ ਗਏ ਮੌਂਜੀ ਤੂਰਾ 'ਚ ਹੁਣ ਖਿੱਚਦੀ ਆ ਕੰਮ ਕਿਤੇ ਵੀਡੀਓ ਦੇ ਚੱਕਰ 'ਚ ਲੇਟ ਨਾ ਹੋ ਜਾਈਏ ਅਤੇ ਪਹਿਲਾ ਗਰੁੱਪ ਚੋਣ ਵਾਲਾ ਹੋ ਗਿਆ ਅਤੇ ਇੱਥੇ ਵਾਲੇ ਮੌਂਜੀ ਦੂਰਾ ਇਹ ਦੋ ਫਰਕ ਨੇ ਇੱਕ ਤਾਂ ਇੱਥੇ ਫਰਕ ਹੈਗਾ ਇਹ ਕਿ ਜੋ ਚੱਕਦੇ ਆ ਉੱਥੇ ਸਿੱਧੀਆਂ ਗਾਵਾਂ ਨਿਕਲ ਜਾਂਦੀਆਂ ਗਾਂ ਨੂੰ ਇੱਥੇ ਲੈਣ ਅਤੇ ਲਿਆਉਣੀਆਂ ਪੈਂਦੀਆਂ ਉੱਧਰ ਜਾ ਕੇ ਨਿਕਲਦੀਆਂ ਨੇ ਅਤੇ ਇੱਕ ਇੱਥੇ ਪਿੱਛੇ ਉਹ ਕਰੰਟ ਵਾਲਾ ਨਹੀਂ ਕਿਉਂਕਿ ਖੜਨ ਨੂੰ ਜਗ੍ਹਾ ਘੱਟ ਗਈ ਇੱਧਰ ਗਾਵਾਂ ਛੱਡਣੀਆਂ ਪੈਂਦੀਆਂ ਨੇ ਅਤੇ ਬੰਦੇ ਨੂੰ ਜਾ ਕੇ ਲਿਆਉਣੀਆਂ ਪੈਂਦੀਆਂ ਨੇ ਇੱਕ ਬੰਦੇ ਨੂੰ ਗਾਵਾਂ ਅਤੇ ਇੱਥੇ ਛੇ ਛੇ ਤੱਕ ਮੰਨ ਲੈਂਦੇ ਹਾਂ ਅਠਾਰਾਂ ਇੱਕ ਸਾਢੇ ਅਠਾਰਾਂ ਇੱਕ ਸਾਢੇ ਛੇ ਛੇ ਲਾਉਂਦੇ ਹੁੰਦੇ ਅਤੇ ਆਹ ਬੋਰਡ ਆ ਇਹਦੇ ਲਈ ਆਉਂਦਾ ਕਿਹੜੀ ਦਾ ਦੁੱਧ ਬਾਹਰ ਡੋਲਣਾ ਜਿਹਦੇ ਮਸਤੀਤੇ ਵਗੈਰਾ ਆਉਂਦੇ ਆ ਹੈਲੋ ਕਰ ਦਿਓ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਨੇ ਉਹਦੇ ਮੈਨੂੰ 15 ਹੋ ਗਏ ਜੀ 15 ਸਾਲ ਜੀ ਇੱਕੋ 15 ਸਾਲ ਦਾ ਕੰਮ ਕਰ ਰਹੇ ਆ ਹਾਂ ਜੀ ਜਿਗਰ ਹੀ ਆ ਮੈਂ ਜਿੱਦਣ ਆਏ ਇਹਦੇ ਦਾੜੀ 'ਚ ਕਵਾਲ ਨਹੀਂ ਹਟਾਇਆ ਗਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ 30 ਸਾਲ ਦੇਖੋ ਰਿਕਾਰਡ ਦੇਖੋ ਬੰਦਿਆਂ ਦੀ ਉਮਰ ਹੀ ਘੱਟ ਲੱਗਦੀ ਆ ਹੁਣ ਅਸੀਂ ਵੀ ਜਵਾਨੀ 'ਚ ਆ ਗਏ ਹਾਂਜੀ ਅਤੇ ਲਓ ਜੀ ਆ ਤਿੰਨ ਗਾਵਾਂ ਰਹਿ ਗਈਆਂ ਨੇ ਵਾੜ ਜਾਣੀਆਂ ਨੇ ਅਤੇ ਆਪਾਂ ਲਿਆਉਣੀ ਆਹ ਕੰਮ ਅੱਗੇ ਲਿਆਉਂਦੇ ਨੇ ਇੱਧਰਲਾ ਹਿੱਸਾ ਪਹਿਲਾਂ ਇੱਧਰਲਾ ਹਿੱਸਾ ਬਾਅਦ ਅੱਜ ਇਕੱਠੇ ਲਿਆਉਣੇ ਆ ਜੀ ਇੱਕ ਸਕੀਮ ਲਾ ਕੇ ਦੇਖਿਓ ਵੀ ਇੱਥੋਂ ਐਂ ਸਿੱਧੀਆਂ ਖੜਾ ਲਾਂਗੀਆਂ ਲਿਆ ਕੇ ਦੇਖ ਲਿਆ ਇੱਕ ਸਕੀਮ ਕਾਮਯਾਬ ਹੁੰਦੀ ਆ ਅਤੇ ਹਾਂ ਹਾਂ ਚੱਕ ਸਵਾਲ ਹੋਰ ਬਹੁਤ ਆਉਂਦਾ ਜੀ ਵੀ
ਇੱਥੇ ਗਾਂ ਮੂਹਰੇ ਪਾਉਂਦੇ ਕੀ ਆ ਉਹੀ ਜਿਹੜਾ ਅੱਜ ਕੱਲ੍ਹ ਚੱਲਦਾ ਜੀ ਆਪਣੇ ਇੰਡੀਆ ਅਚਾਰ ਜਿਹਾ ਪਾਉਂਦੇ ਆ ਇਹ ਸਾਲ 'ਚ ਇੱਕ ਵਾਰ ਬਣਾ ਲੈਂਦੇ ਆ ਅਤੇ ਬਸ ਸਾਲ ਭਰ ਉਹੀ ਪੈਂਦਾ ਇੱਕ ਵਾਰ ਮੱਕੀ ਵੱਢ ਕੇ ਪਾ ਲੈਂਦੇ ਆ ਵੱਡੇ ਵੱਡੇ ਇਹਨਾਂ ਦੇ ਉਹ ਹੁੰਦੇ ਆ ਛੱਡ ਜੇ ਉਹਨਾਂ 'ਚ ਪਾ ਲੈਂਦੇ ਹਾਏ ਵਾੜ ਕੇ ਗਾਂ ਲਿਆ ਜੀ ਇੱਧਰ ਵੀ ਰਾਹ ਬਣਾਉਣਾ ਪੈਣਾ ਇੱਥੇ ਰਾਹ ਵਾਲੇ ਬਣਾਉਣੇ ਪੈਂਦੇ ਆ ਅੱਡ ਅੱਡ ਜਗ੍ਹਾ 'ਤੇ ਨਾ ਤਾਂ ਕਰਕੇ ਤੋ ਵੀ ਮਿੱਤਰੋ ਇੱਧਰੋਂ ਖਾਲੀ ਦਾ ਕਰਤਾ ਲਿਆ ਕੇ ਵਾੜ ਵੀ ਦਿੱਤੀਆਂ ਇੱਧਰ ਲੱਗਦਾ ਤਾਂ ਇਹ ਸਕੀਮ ਕੰਮ ਆ ਜੀ ਪਰ ਉੱਪਰਾਂ ਕਰ ਗਈਆਂ ਰੰਗੀ ਜਾਂਦੀਆਂ ਨੇ ਸਾਰੀਆਂ ਹੈਲੋ ਅੱਗੇ ਹੁਣ ਆ ਕੰਜੇਲੀ ਲਾ ਦੇਣੀ ਇੱਥੋਂ ਐਂ ਨਿਕਲ ਨਿਕਲ ਇਹਨਾਂ ਨੇ ਸਿੱਧਾ ਵੜ ਜਾਣਾ ਆ ਕੇ ਅਤੇ ਇਹਦਾ ਸਕੀਮ ਕੰਮ ਕਰਦੀ ਆ ਕਿ ਨਹੀਂ ਉਹ ਵੀ ਹੁਣ ਜਿਵੇਂ ਬਾਹਰੋਂ ਆਏ ਹਾਂ ਹੱਥ ਜਮ੍ਹਾਂ ਠਰ ਗਏ ਆਕੜੇ ਪਏ ਆ ਹੁਣ ਠੰਡੀ ਦੁਆਰੇ ਆ ਗਈ ਜੇ ਪਾਣੀ ਜਾਂਦਾ ਐਂ ਫੇਰ ਠਰ ਜਾਣੇ ਇਹ ਕਰਕੇ ਇੱਥੇ ਦਿਲ ਲਗਾਵਾਂ ਦੇ ਉਹਦੇ ਗਰਮ ਹੁੰਦਾ ਨਾ ਇਹਨਾਂ ਹੋ ਜਾਣਾ ਨਿੱਕੇ ਅਤੇ 2 ਬਿਲੀਅਨ ਤੱਕ ਤਾਂ ਲਾ ਦਿੰਦੇ ਆ ਹੁਣ ਜਾਨ ਹੁਣ ਇੱਧਰ ਖਿੱਚਦਾ ਹੈ ਕੰਮ ਲਓ ਵੀ ਸਕੀਮ ਆਪਣੀ ਕੰਮ ਕਰ ਗਈ ਆਪਾਂ ਲਾਤਾ ਉਧਰੋਂ ਬਹੁਤ ਟਾਈਮ ਦਾ ਫਰਕ ਪੈਂਦਾ ਪਾਣੀ ਸੜਕ ਰਹੇ ਨੇ ਬਾਈ ਅਤੇ ਆਹ ਰੰਗ ਲਾ ਦਿੰਦੇ ਉਹਨੇ ਜਿਹੜੀਆਂ ਬਾਹਰ ਡੁੱਲਣੇ ਆਉਂਦੇ ਗਾਵਾਂ ਉਹਨਾਂ ਦੇ ਲਾਲ ਉੱਤਰ ਨਿਸ਼ਾਨੀ ਰਹਿੰਦੀ ਆ ਵੀ ਆਹ ਬਾਹਰ ਡੁੱਲਣੀਆਂ ਨੇ ਅਤੇ ਵਿੱਚ ਦੀ ਖੜ੍ਹਨਾ ਹੀ ਪੈ ਜਾਂਦਾ ਜਿਵੇਂ ਕੋਈ ਵੱਧ ਟਾਈਮ ਵਾਲੀ ਗਾਂ ਲੱਗ ਜਾਂਦੀ ਹੈ ਆਹ ਢੋਲੀਆਂ ਨੇ ਇੰਨਾ ਹੀ ਭਰ ਕੇ ਮੈਂ ਉੱਥੇ ਡੋਲ ਦਿੰਦੇ ਹਾਂ ਬਾਹਰ ਹਾਂਜੀ ਅਤੇ ਲਓ ਜੀ ਆਪਾਂ ਤੀਜਾ ਗਰੁੱਪ ਲੈਣ ਆ ਗਏ ਪਹਿਲੇ 2 ਗਰੁੱਪ ਚੋਤੇ ਅਤੇ ਇਹ ਮਤਲਬ ਪਹਿਲਾ ਗਰੁੱਪ 'ਚ ਜਿਹੜੀਆਂ ਹੁੰਦੀਆਂ ਨੇ ਗਾਵਾਂ ਉਹ ਹੁੰਦੀਆਂ ਪਹਿਲੇ ਦੂਜੇ ਸੂਏ ਵਾਲੀਆਂ ਫਿਰ ਦੂਜੇ ਗਰੁੱਪ 'ਚ ਤੀਜੇ ਚੌਥੇ ਵਾਲੀਆਂ ਅਤੇ ਇੱਧਰ ਆ ਜਾਂਦੀਆਂ ਬੁੜੀਆਂ ਹੀ ਆ ਗਾਵਾਂ ਬੁੱਢੀਆਂ ਹੀ ਇਹ ਤਾਂ ਉੱਠਦੀਆਂ ਹੀ ਮਸਾਂ ਨੇ ਇਹਨੂੰ ਸਾਰਿਆਂ ਨਾਲ ਵੱਧ ਟਾਈਮ ਲਾਤਾ ਆ ਗਰੁੱਪ 'ਚ ਉਹਨੂੰ ਇੱਕ ਇਹ 'ਚ ਹੀ ਮਸਤੀ ਅਤੇ ਮਸਤੀ ਉੱਤੇ ਵੱਧ ਆਉਂਦੇ ਆ ਕਿਉਂਕਿ ਬੁੱਢੀਆਂ ਹੋ ਜਾਂਦੀਆਂ ਨੇ ਨਾ ਅਤੇ ਬਸ ਆਹ ਗਰੁੱਪ ਜਦੋਂ ਉਹ ਕੰਝੇਲੀ ਲੱਗ ਜਾਂਦੀ ਆ 2 ਕੁ ਫਿਲੇ ਰਹਿ ਜਾਂਦੇ ਆ 2 ਮਤਲਬ 2 ਪਾਸੇ ਵੜਨ ਵਾਲੀਆਂ ਰਹਿ ਜਾਂਦੇ ਉਦੋਂ ਮੈਂ ਚਲਿਆ ਜਾਂਦਾ ਅੱਧਾ ਘੰਟਾ ਪਹਿਲਾਂ ਘੰਟਾ ਪਹਿਲਾਂ ਮੈਂ ਜਾ ਉੱਡਣਾ ਮਤਲਬ 3:30-4 ਵਜੇ ਇਹ ਆਉਂਦੇ ਆ 5 ਵਜੇ ਧੋ ਕੇ ਅਤੇ ਦਿਨੇ ਐਂ ਜਿਹੜੇ ਮੇਰੇ ਨਾਲ 2 ਜਣੇ ਹੁੰਦੇ ਆ ਉਹ 12 ਵਜੇ ਜਾ ਉੜਦੇ ਆ ਅਤੇ ਮੈਂ ਆਉਣਾ ਹੁੰਦਾ 1 ਵਜੇ ਧੋ ਕੇ ਹੁਣ ਤੀਜਾ ਰੁੱਪ ਕੱਢਿਆ ਖੜਾ ਗਾ ਇਹ ਬਸ ਆਹ ਕੰਝੇਲੀਆਂ ਖੋਲ੍ਹ ਦੇਣੀਆਂ ਇਹ ਮੈਂ ਤਾਂ ਨਹੀਂ ਖੋਲ੍ਹੀਆਂ ਕਿਉਂਕਿ ਪਹਿਲਾਂ ਆਹ ਸਾਫ਼ ਕਰਨਾ ਹੁੰਦਾ ਕਈ ਵਾਰ ਇੱਥੇ ਦੀ ਉਹ ਲੰਘਣੇ ਹੁੰਦੇ ਨਾ ਟਰੈਕਟਰ ਟਰੂਕਟਰ ਤਾਂ ਉਹਨਾਂ ਦੇ ਟਾਇਰ ਨਹੀਂ ਗੰਦੇ ਹੋਣੇ ਚਾਹੀਦੇ ਫਿਰ ਉਹੀ ਸੜਕ 'ਤੇ ਜਾਂਦੇ ਆ ਅਤੇ ਸਾਫ਼ ਕਰਕੇ ਫੋੜੇ ਨਾ ਫਿਰ ਆਪਾਂ ਅੰਦਰ ਆਏ ਚਵਾਈ ਕਰਾਉਣੀ ਆ ਛੇਤੀ ਛੇਤੀ ਅਤੇ ਉਹ ਕੰਝੇਲੀਆਂ ਵੀ ਖੋਲ੍ਹਣੀਆਂ ਹੁੰਦੀਆਂ ਉਹ ਸਾਰੀਆਂ ਕੰਝੇਲੀਆਂ ਕਹਿੰਦੇ ਆਹ ਗੇਟਾਂ ਜਿਹਾਂ ਨੂੰ ਇਹ ਸਾਰੇ ਖੋਲ੍ਹਣੇ ਹੁੰਦੇ ਕਿਉਂਕਿ ਫਿਰ ਇੱਧਰ ਦੀ ਆ ਕੇ ਇਹਨਾਂ ਨੂੰ ਪੱਠੇ ਪੁੱਠੇ ਗਾਣੇ ਸੌਖੇ ਰਹਿੰਦੇ ਇੱਥੇ ਪੱਠੇ ਪਾ ਜਾਂਦੇ ਐਂ ਐਂ ਲੈਣ 'ਚ ਆ ਗਏ ਲਓ ਜੀ 2 ਵਿਹਲੇ ਰਹਿ ਗਏ ਗਾਵਾਂ ਦੇ ਇੱਧਰ ਲਾ ਤੇ ਆਪਾਂ ਤੱਕ ਕੇ ਹੁਣ ਆਪਣਾ ਹੋ ਗਿਆ ਟਾਈਮ ਆਪਾਂ ਚੱਲਦੇ ਹਾਂ ਘਰ ਨੂੰ ਹੱਥ ਪੈਰ ਧੋ ਕੇ ਓਕੇ ਜੀ ਬਾਏ ਬਾਏ ਬਲੌਗ ਵਾਲਿਆਂ ਨੂੰ ਕਰ ਦਿਓ ਬਾਏ ਇਹਨਾਂ ਨੇ ਤੁਸੀਂ ਵੀ ਕਰ ਦਿਓ ਜੀ ਓਕੇ ਓਕੇ ਜੀ ਚੱਲਦੇ ਹਾਂ ਹਾਂਜੀ ਅਤੇ ਲਓ ਜੀ ਆਪਣਾ ਨਿਬੜ ਗਿਆ ਹੁਣ ਬਦਲੀਏ ਕੱਪੜੇ ਫਿਰ ਤੁਹਾਨੂੰ ਦੱਸਦੇ ਹਾਂ ਤਨਖਾਹ ਵਗੈਰਾ ਅਤੇ ਇੱਥੇ ਤੁਸੀਂ ਕਹਿੰਦੇ ਹੋ ਮੈਂ ਪੰਜਾਬੀ ਕਰਨੇ ਆ ਪੰਜਾਬੀ ਇੱਥੇ 9 ਕੰਮ ਕਰਦੇ ਆ ਹਜੇ ਤਾਂ ਰਾਤ ਨੂੰ ਅਸੀਂ 3 ਜਣੇ ਹੁੰਦੇ ਹਾਂ 5 ਹੈਗੇ ਅੰਦਰ 4 ਪੰਜਾਬੀ ਬਾਹਰ ਹੁੰਦੇ ਇੱਕ ਛੁੱਟੀਆਂ ਕਟਾਉਂਦੇ ਆ ਮੇਰੀ ਮੰਗਲਵਾਰ ਦੀ ਛੁੱਟੀ ਆ ਉਹਦੀ ਆਉਂਦੀ ਹੁੰਦੀ ਆਪਦੀ ਐਤਵਾਰ ਦੀ ਆ ਜਾਂਦੀ ਆ ਬੰਦੇ ਦੀ ਜਿਹੜਾ ਛੁੱਟੀਆਂ ਕਟਾਉਂਦਾ ਅਤੇ ਐਂ ਸਾਰਿਆਂ ਦੀ ਇੱਕ ਇੱਕ ਛੁੱਟੀ ਇੱਥੇ ਉਹ ਹਿਸਾਬ ਨਾਲ ਇੱਥੇ ਤਨਖਾਹ ਵੀ ਘੱਟ ਹੁੰਦਾ ਤਾਂ ਮਿਲਦੀ ਬਾਅਦ ਹਾਂਜੀ ਬਾਬਿਓ ਅਤੇ ਕੱਪੜੇ ਆਪਾਂ ਬਦਲ ਲਏ ਅਤੇ ਬੂਟ ਪਾਈ ਜਾਂਦੇ ਹਾਂ ਅਤੇ ਹੁਣ ਗੱਲ ਆਉਂਦੀ ਆ ਤਨਖਾਹ ਦੀ ਪਿਛਲੇ ਬਲੌਗ 'ਚ ਜਿਹਨੂੰ ਇੰਨੇ ਵਿਊ ਦਿੱਤੇ ਇੰਨਾ ਪਿਆਰ ਦਿੱਤਾ ਤੁਸੀਂ ਉਹ 'ਚ ਕਮੈਂਟ ਆ ਵੀ ਬਹੁਤ ਸੀ ਕਿ ਤਨਖਾਹ ਤਾਂ ਤੁਸੀਂ ਦੱਸੀ ਹੋਈ ਨਹੀਂ ਉਹ 'ਚ ਤਨਖਾਹ ਮੈਂ ਦੱਸਣੀ ਭੁੱਲ ਗਿਆ ਸੀ ਅਤੇ ਤਨਖਾਹ ਐਂ ਆ ਜਿਵੇਂ ਮੈਂ ਪਹਿਲਾਂ ਉਹ 'ਚ ਕੰਮ ਕਰਦੇ ਦੂਜੇ ਸਤਾਲੇ 'ਚ ਉਹ 'ਚ ਲੱਗਦੇ ਸੀ ਮੇਰੇ ਪੱਕੇ 10 ਘੰਟੇ ਛੁੱਟੀ ਕੋਈ ਨਹੀਂ ਮਹੀਨੇ 'ਚ ਸਾਰੇ ਦਿਨ ਲੱਗਦੇ ਸੀ 10 ਘੰਟੇ ਪੱਕੇ ਲੱਗਦੇ ਇੱਥੇ ਹੁਣ ਮੈਂ ਕੰਮ ਕਰਦਾ ਇੱਥੇ 8.5-9 ਘੰਟੇ ਲੱਗਦੇ ਆ 4 ਛੁੱਟੀਆਂ ਹੁੰਦੀਆਂ ਨੇ ਮਤਲਬ ਮੰਗਲਵਾਰ ਦੀ ਛੁੱਟੀ ਹੁੰਦੀ ਆ ਮੇਰੀ 25-26 ਦਿਨ ਲੱਗਦੇ ਆ ਅਤੇ ਤਨਖਾਹ ਮਿਲ ਜਾਂਦੀ ਆ 2-3 ਹਜ਼ਾਰ ਦੇ ਵਿੱਚ ਮਤਲਬ ਉੱਥੇ 4-500 ਵੱਧ ਮਿਲ ਜਾਂਦੀ ਸੀ ਇੱਥੇ 4-500 ਘੱਟ ਮਿਲਦੀ ਆ ਮਿਲਦੀ ਦੋਨੇ ਥਾਵੇਂ 2-3 ਹਜ਼ਾਰ ਦੇ ਵਿੱਚ ਮਿਲਦੀ ਆ ਅਤੇ ਬਾਬੇ ਜੇ ਬਲੌਗ ਵਧੀਆ ਲੱਗਿਆ ਮੈਂ ਤਾਂ ਆਪਦੇ ਵੱਲੋਂ ਵਧੀਆ ਬਣਾਇਆ ਪੂਰਾ
उम्मीद है तुहानू वधिया लगूगा भेज लो ब्लॉग जां तुसीं इन्ना प्यार दिता। तो जे ब्लॉग वधिया लगे लाइक शेयर कमेंट सबसक्राइब सारा कुछ कर दे अपने वधिया सबसक्राइबर हो जाते हैं। जो 10,000 हो गए उदो तुहानू 100 भी करांगे सबसक्राइबर, हजे होए नहीं थोड़े ही रहिंदे आ, कोई नहीं करी चलो तुसीं। तो मिलदे आ तुहानू किसी अगली वीडियो, टिल दैन बाय बाय।